ਦਰਬਾਰ ਸਾਹਿਬ ਦੇ ਵਿੱਚ ਟੈਂਕ ਲੈ ਕੇ ਚੜ੍ਹੀ ਸੀਗੀ, ਜਿਸ ਫੌਜ ਨੂੰ ਮਾਣ ਹੋਣਾ ਚਾਹੀਦਾ ਸੀ ਕਿ ਸਿੱਖ ਕੌਮ ਨੇ ਅਗਰ ਮੁਲਕ ਨੂੰ ਆਜ਼ਾਦ ਕਰਾਇਆ ਜਾਂ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ, ਸਾਡੀ ਕੁਰਬਾਨੀ ਕੀ ਸੀਗੀ। ਕਈ ਇਹ ਆਖਦੇ ਨੇ ਕਿ ਇਸ ਤੋਂ ਇਲਾਵਾ ਕੋਈ ਰਸਤਾ ਨਹੀਂ ਸੀਗਾ। ਇੱਕ ਓਪਰੇਸ਼ਨ ਬਲੈਕ ਥੰਡਰ ਹੋਇਆ ਸੀਗਾ, ਉਹ ਜਿਹੜਾ ਬਲੈਕ ਥੰਡਰ ਓਪਰੇਸ਼ਨ ਹੋਇਆ ਸੀ, ਇੱਕ ਗੋਲੀ ਨਹੀਂ ਚੱਲੀ ਸੀ ਅੰਦਰੋਂ, ਜਿਹਨੂੰ ਉਹਨਾਂ ਨੇ ਕੱਢਣਾ ਚਾਹਿਆ ਉਹ ਸਾਰਿਆਂ ਨੂੰ ਉਹਨਾਂ ਨੇ ਕੱਢ ਲਿਆ ਸੀਗਾ। ਇੱਕ ਸੋਚੀ ਸਮਝੀ ਸਾਜਿਸ਼ ਜਿਹੜੀ ਸੀ ਕਾਂਗਰਸ ਸਰਕਾਰ ਦੀ ਇੰਦਰਾ ਦੀ, ਕਿ ਮੈਂ ਕਿਸੇ ਤਰੀਕੇ ਇਸ ਮੁਲਕ ਨੂੰ ਹਿੰਦੂ ਸਿੱਖਾਂ ਦੇ ਵਿੱਚ ਵੰਡੀਆਂ ਪਾ ਕੇ ਮੈਂ ਪੋਲੀਟੀਕਲ ਫਾਇਦੇ ਚੁੱਕ ਲਵਾਂ, ਕਿਉਂਕਿ ਉਸ ਵੇਲੇ ਦੀ ਸਰਕਾਰ ਕੋਲ ਬੇਰੁਜ਼ਗਾਰੀ ਦਾ, ਮਹਿੰਗਾਈ ਦਾ, ਕਰਪਸ਼ਨ ਦਾ ਕੋਈ ਜਵਾਬ ਨਹੀਂ ਸੀਗਾ। ਔਰ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਉਹਨਾਂ ਨੇ ਇਹ ਸਾਰਾ ਕੰਮ ਕੀਤਾ। ਉਹਦੇ ਵਿੱਚ ਕੌਮ ਦਾ ਨੁਕਸਾਨ ਹੋਇਆ, ਦੇਸ਼ ਦਾ ਹੋਇਆ, ਇੰਦਰਾ ਨੂੰ ਵੀ ਜਾਨ ਗਵਾਉਣੀ ਪਈ। ਲੇਕਿਨ ਮੈਂ ਇਹ ਸਮਝਦਾ ਕਿ ਇਲੈਕਸ਼ਨ ਉਹ ਰਾਜੀਵ ਗਾਂਧੀ ਜਿੱਤਿਆ, ਔਰ ਇਹ ਉਹ ਇਲੈਕਸ਼ਨ ਦੇ ਵਿੱਚ ਰਾਜੀਵ ਗਾਂਧੀ 406 ਸੀਟਾਂ ਲੈ ਕੇ ਜਿੱਤਿਆ। ਅੱਜ ਇਹ ਸਵਾਲ ਉੱਠਦਾ ਕਿ ਜਦੋਂ ਪਹਿਲੀ ਇਲੈਕਸ਼ਨ ਹਿੰਦੁਸਤਾਨ ਦੇ ਕੌਂਸਟੀਟਿਊਸ਼ਨ ਬਣਨ ਤੋਂ ਬਾਅਦ ਹੋਈ, ਜਦੋਂ ਮਹਾਤਮਾ ਗਾਂਧੀ ਦਾ ਆਸ਼ੀਰਵਾਦ ਪੰਡਿਤ ਨਹਿਰੂ ਕੋਲ ਸੀਗਾ, ਉਦੋਂ ਵੀ 406 ਸੀਟਾਂ ਪੰਡਿਤ ਨਹਿਰੂ ਨਹੀਂ ਜਿੱਤ ਸਕਿਆ ਜਦੋਂ ਕੋਈ ਓਪੋਜੀਸ਼ਨ ਨਹੀਂ ਸੀ। ਜਦੋਂ 1971 ਦੀ ਜੰਗ ਇੰਦਰਾ ਗਾਂਧੀ ਜਿੱਤਦੀ ਹੈ, ਉਦੋਂ ਵਾਜਪਾਈ ਸਾਹਿਬ ਨੇ ਆਖਤਾ ਸੀ ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ, ਉਦੋਂ ਵੀ ਉਹ 406 ਸੀਟਾਂ ਨਹੀਂ ਜਿੱਤ ਸਕੀ ਸੀ, ਰਾਜੀਵ ਗਾਂਧੀ ਜਿੱਤਿਆ ਸੀ। ਮੈਂ ਸਮਝਦਾ ਕਿ ਉਹਨਾਂ ਦੇ ਮਨਸੂਬੇ ਮੁਲਕ ਦੀ ਇਲੈਕਸ਼ਨ ਜਿੱਤਣ ਤੱਕ ਕਾਮਯਾਬ ਹੋ ਗਏ, ਲੇਕਿਨ ਮੁਲਕ ਦਾ ਜਿਹੜਾ ਸੈਕੂਲਰ ਫਾਈਬਰ ਸੀਗਾ, ਭਾਈਚਾਰਾ ਸੀ, ਉਸ ਨੂੰ ਤਾਰ ਤਾਰ ਕਰ ਦਿੱਤਾ। ਇਸ ਹਮਲੇ ਦਾ ਸਭ ਤੋਂ ਵੱਧ ਅਸਰ ਜਿਹੜਾ ਉਹ ਦਿੱਲੀ ਦੇ ਵਿੱਚ ਨਜ਼ਰ ਆਇਆ ਸੀ। ਤੁਸੀਂ ਉਹਨਾਂ ਲੋਕਾਂ ਦੇ ਲਈ ਲੰਬੀ ਲੜਾਈ ਵੀ ਲੜੀ, ਪਰ ਲੜਾਈ ਲੜਨ ਦਾ ਸਿਲਾ ਇਹ ਮਿਲਿਆ ਕਿ ਤੁਹਾਨੂੰ ਉਸ ਪਾਰਟੀ ਤੋਂ ਬਾਹਰ ਕਰ ਦਿੱਤਾ। ਮੈਂ ਸਮਝਦਾ ਕਿ ਮੈਂ 32 ਸਾਲ 38 ਸਾਲ ਜਿਹੜੀ ਲੜਾਈ ਲੜੀ ਹੈ, ਮੈਂ ਪਾਰਟੀ ਕਰਕੇ ਨਹੀਂ ਲੜੀ, ਮੈਂ ਉਸ ਵੇਲੇ ਪਾਰਟੀ 'ਚ ਵੀ ਨਹੀਂ ਸੀਗਾ। ਅੱਜ ਸੱਜਣ ਕੁਮਾਰ ਅੰਦਰ ਗਿਆ ਜਾਂ ਟਾਈਟਲ ਅੰਦਰ ਜਾਣ ਲੱਗਾ, ਲੋਕ ਤਾਂ ਕਹਿ ਰਹੇ ਸੀ 84 ਭੁੱਲ ਜਾਓ, 84 ਦੀ ਯਾਦਗਾਰ ਪਾਰਲੀਮੈਂਟ ਦੇ ਸਾਹਮਣੇ ਬੁਲਾਉਣੀ, ਇੰਦਰਾ ਦੀ 3-3 ਯਾਦਾਂ ਯਾਦਗਾਰਾਂ ਹੋਣੀਆਂ। ਮੈਂ ਕਦੀ ਅੱਜ ਵੀ ਮੈਂ ਪਾਰਟੀ 'ਚ ਨਹੀਂ ਹਾਂ, ਲੇਕਿਨ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ, ਮੈਂ ਕੌਮ ਪ੍ਰਤੀ ਆਪਣਾ ਨਿਸ਼ਠਾ ਸਮਝਦਾ ਵਾਂ ਕਿ ਅੱਜ ਮੈਨੂੰ ਇੱਥੇ ਹੋਣਾ ਚਾਹੀਦਾ। ਇੱਥੋਂ ਹੋ ਕੇ ਮੈਂ ਚੌਂਕ ਮਹਿਤਾ ਵੀ ਜਾਣਾ ਦੁਪਹਿਰੇ, ਜਿੱਥੇ ਸਮਾਗਮ ਹੋਣਾ। ਅਕਾਲੀ ਦਲ ਦੇ ਵੱਡੇ ਲੀਡਰ ਨਹੀਂ ਅੱਜ ਮੈਂ ਸਮਝਦਾ ਅਕਾਲੀ ਦਲ ਦੇ ਅੱਜ ਪ੍ਰਧਾਨ ਸਾਹਿਬ ਨੂੰ ਇੱਥੇ ਹੋਣਾ ਚਾਹੀਦਾ, ਅੱਜ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਇੱਥੇ ਹੋਣਾ ਚਾਹੀਦਾ, ਕਿਉਂਕਿ ਅੱਜ ਦਾ ਦਿਨ ਮੈਂ ਸਮਝਦਾ ਵਾਂ ਕਿ ਅੱਜ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਹੋ, SGPC ਤੁਹਾਡੀ ਪਾਰਟੀ ਕੋਲ ਹੈ, ਦਿੱਲੀ ਗੁਰਦੁਆਰਾ ਕਮੇਟੀ ਤੁਹਾਡੀ ਪਾਰਟੀ ਕੋਲ ਹੈ। ਅੱਜ ਦੇ ਦਿਨ ਜ਼ਿੰਮੇਵਾਰੀ ਬਣਦੀ ਹੈ ਕੌਮ ਦੇ ਵੱਡੇ ਸਿਆਸਤਦਾਨਾਂ ਦੀ, ਕਿ ਉਸ ਥਾਂ 'ਤੇ ਜ਼ਰੂਰ ਆਉਣ ਜਿਸ ਥਾਂ ਦੇ ਉੱਤੇ ਐਡਾ ਵੱਡਾ ਘੱਲੂਘਾਰਾ ਹੋ ਰਿਹਾ। ਕਿ 2014 'ਚ ਅਸੀਂ ਹਾਰਦੇ ਹਾਂ, ਅਸੀਂ ਉਹ ਸੀਟਾਂ ਨਹੀਂ ਜਿੱਤ ਸਕੇ ਆਪਣੀ ਸਰਕਾਰ ਵੇਲੇ, ਫਿਰ ਅਸੀਂ ਵਿਧਾਨ ਸਭਾ ਹਾਰਦੇ ਹਾਂ, ਫਿਰ ਅਸੀਂ ਇਹ ਪੰਚਾਇਤੀ ਅਤੇ ਦੂਜੀਆਂ ਇਲੈਕਸ਼ਨਾਂ ਹਾਰਦੇ ਹਾਂ, ਹੁਣ ਅਸੀਂ ਫਿਰ ਆ ਕੇ ਸਿਰਫ ਪਰਿਵਾਰ ਜਿੱਤਦਾ ਪਾਰਟੀ ਹਾਰਦੀ ਹੈ। ਮੈਂ ਸਮਝਦਾ ਵਾਂ ਕਿ ਜੇ ਇਹੀ ਹਾਰ ਰਿਹਾ ਤਾਂ ਹੋ ਸਕਦਾ ਕਿ BJP ਇਕੱਲੀ ਨਾ ਕਿਤੇ ਪੰਜਾਬ ਦੇ ਵਿੱਚ ਆਪਣਾ ਦਮ ਰੱਖੇ। ਤੁਸੀਂ ਸਮਝਦੇ ਹੋ ਕਿ BJP ਦੀ ਮੰਗ ਜਾਇਜ਼ ਹੈ? ਮੈਂ ਇਸ ਗੱਲ ਦੇ ਉੱਤੇ ਕੁਛ ਨਹੀਂ ਕਹਿਣਾ ਚਾਹਾਂਗਾ। ਮੰਗ ਜਾਇਜ਼ ਜਾਂ ਨਜਾਇਜ਼ ਵੋਟ ਬੈਂਕ 'ਤੇ ਹੁੰਦੀ ਹੈ। ਅੱਜ BJP ਦੀ ਵੋਟਾਂ ਕਰਕੇ ਅਕਾਲੀ ਦਲ ਨੂੰ 2 ਸੀਟਾਂ ਆ ਰਹੀਆਂ ਨੇ। ਅੱਜ ਤੁਸੀਂ ਜਿਹੜੀ ਆ ਪੰਥਕ ਕੌਂਸਟੀਚੁਐਂਸੀਜ਼ ਨੇ, ਕਦੀ ਅਸੀਂ ਸੁਣਿਆ ਸੀਗਾ ਕਿ ਖਡੂਰ ਸਾਹਿਬ ਅਕਾਲੀ ਦਲ ਹਾਰ ਜਾਏਗਾ, ਇੱਦਾਂ ਹਾਰੂਗਾ? ਕਦੀ ਅਸੀਂ ਸੋਚਿਆ ਸੀਗਾ ਕਿ ਅਨੰਦਪੁਰ ਸਾਹਿਬ ਜਾਂ ਫਤਿਹਗੜ੍ਹ ਸਾਹਿਬ ਜਾਂ ਫਰੀਦਕੋਟ ਅਸੀਂ ਹਾਰਾਂਗੇ? ਮੈਂ ਸਮਝਦੇ ਹਾਂ ਕਿ ਇਹ ਜਿਹੜੀਆਂ ਸੀਟਾਂ ਅਸੀਂ ਹਾਰੇ ਹਾਂ, ਇਹ ਅਕਾਲੀ ਦਲ ਨੂੰ ਸੋਚਣਾ ਪਵੇਗਾ। ਸਿੱਟੀ ਵੀ ਅਕਾਲੀ ਦਲ ਦੇ ਕੋਲ ਹੈ ਨਾ, ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਜਿਹਨਾਂ ਨੂੰ ਚਾਹਿਆ ਉਹਨਾਂ ਦੇ ਮੈਂਬਰ ਜਿੱਤੇ ਨੇ, ਉਹਨੂੰ ਪ੍ਰਧਾਨ ਬਣਾਉਂਦੇ। ਜਿਹੜੇ ਇਲਜ਼ਾਮ ਲੱਗਦੇ ਕਿ ਚੋਣਾਂ ਵੇਲੇ ਵੀ ਕਮੇਟੀਆਂ ਨੂੰ ਵਰਤਿਆ ਜਾਂਦਾ, ਭਾਵੇਂ ਦਿੱਲੀ ਕਮੇਟੀ, ਉਹਨੂੰ ਗੁਰਦੁਆਰੇ ਦੀ ਧਾਰਮਿਕ ਇਲੈਕਸ਼ਨਾਂ ਨਹੀਂ ਲੜਨੀਆਂ ਚਾਹੀਦੀਆਂ, ਜੇ ਲੜਨਗੇ ਤਾਂ ਉਹ ਜ਼ਰੂਰ ਵਰਤੇ। ਤੁਹਾਡੇ ਦਾ ਆਰੋਪ ਲੱਗਾ ਕਿ ਤੁਸੀਂ ਜਿਹੜੇ ਅਕਾਲੀ ਦਲ ਦੇ ਸਿਧਾਂਤ ਆ ਉਹਨੂੰ ਪਿੱਛੇ ਕਰਕੇ ਆਪਣੇ ਆਪ ਨੂੰ ਅੱਗੇ ਲਿਆਉਣ ਵਾਸਤੇ ਕੀਤਾ, ਤਾਂ ਤੁਹਾਨੂੰ ਪਾਰਟੀ ਤੋਂ ਬਾਹਰ ਕੱਢਿਆ?
जे डेरे के खिलाफ बोलना, जे गुरु ग्रंथ साहब की बेदबी के खिलाफ बोलना, जे 1984 की लड़ाई करना, जे 1984 की सच की कंध बनानी, ये मेरा परसनल एजेंडा, तो एजेंडा मैं हमेशा चलाता रहूँगा, मैं किसी की परवाह नहीं। अच्छा, 5 ईयर्स डाउन द लाइन संगत ने हमेशा मैं दिशा निर्देश दिता, और संगत जिथे मैं चाहेगी मैं उसे जाऊँगा। मैं समझना अकाली दल के रस्ते बंद हो चुके, अकाली दल किसी का नहीं बंद कर सकता। अकाली दल की है? अकाली दल लोग संगत वोट पावे, जिसनों साडा हार्ड कोर जिहड़ा सिख सीगा वो अकाली दल का वोट बैंक से। अकाली दल को वोट बैंक ही नहीं रहा, उन्होंने कहा राह बंद करना, वो अपने राह खोलन पे। नवजोत कौर सिद्धू ने तरीफ की मेरे नवजोत कौर सिद्धू ना कभी ना बाहर रहा ना कभी वास्ता रहा, मैं सुने तारीफ की थी। जो उन्होंने तारीफ की मैं धनवाद करता मैं कभी फुलका साहब का विरोध नहीं किया। जो साडे प्रधान साहब ने यह बयान दिते कि फुलका दिल्ली गुरुद्वारा कमेटी चो पैसे लैके गया, चैक लैके गया, मैं ऐसे प्रेजिडेंट क्या सीगा कि 1 रुपए का चैक फुलका साहब ने। फुलका साहब तक गुरुद्वार का सियासीकरण रोकने वास्ते जो फुलका साहब लड़ रहे, तो मेरा भी यही मैं समझदा कि जो मैं दिल्ली का प्रधान बनिया सीगा, सर सुखबीर सिंह बादल, अरुण जेटली जी, विजय कुमार बलोता मेरे को तुर गया कि कालका जी या गेटकाज की सीट तो MLA लड़ रहे। मैं क्या जब तक मैं गुरुद्वारा कमेटी के अहदे मैं कोई ऐसी लड़ाई नहीं लड़ा, अज मैं नहीं है। अज मैं समझता संगत मैं कहे कि तू MP लड़ना, तू MLA लड़ना, तू काउंसलर लड़ना या गुरुद्वारे की इलैक्शन दोबारा लड़नी, मैं जरूर लड़ूंगा। पर जे मैं गुरुद्वारे की लड़ूंगा तो मैं दूजी सियासत नहीं जाऊँगा, जो दूजी सियासत जाऊँगा तो गुरुद्वारे की। मनजिंदर सिंह सिरसा तो बहुत करीबी रहे, उन्होंने बारे की मैं समझता कि उन्होंने प्रधानगी दी है सर सुखबीर सिंह बादल ने, उन्होंने को जो अहदा मिले वो बहुत वाला रुतबा है और उन्होंने परफॉर्म करना चाहिए कौम वास्ते कुछ करके। दिल्ली कमेटी के कामकाज पर नज़र रखोगे, जो कि तुम प्रधान रहे हो पिछले काफ़ी रोक भी लगे रहे, क्या तुम्हें कामकाज पर नज़र रखोगे, क्योंकि बड़े बंदे नीचे है जिन्हें कि दोनों पास भी फेवरेटिज्म होंगे उन्होंने भी होंगे। मैं बिल्कुल उन्होंने उत्ते नज़र रखागा, और सब तो वही गल है कि जेडे दिल्ली के हले साडे मसले रहिंदे ने, असी मोदी साहब ने बड़े मसले साडे हल किए पिछले 5 साल, लेकिन हले साडे जेडे जेल सिंह जेडे जेलों बैठे ने जिन्हों की सजावं खत्म हो चुकी, काली सूची उन्होंने खत्म की, हले भी कुछ लोग है ने। मैं समझदा सारी चीज़ा ठीक करना, इस तो अलावा कितने सिक्किम का साडा रौला है, कितने साडा हरिद्वार का रौला, ये सारे इशू असी उपर लगे वो मैं नहीं धोवगा। कोर्ट कचहरी के चलन दौ, संगत जानी जान है, संगत की कचहरी च गुरु की कचहरी चो जो धोलन गए तो धुलन गए, नहीं धुलन गए तो नहीं धुलन गए। मैं समझना मैं गुरु से विश्वास कर पंथक एजेंडे तो हट गए, परसनल एजेंडे तो आ गए ने अपने कोई असर है कि अलायंस पार्टनर BJP जो है RSS का है इनफ्लुएंस तो वो करके भी करना पड़ता। मैं समझता कि RSS ने मैं 6 साल रहा वहाँ प्रधान BJP RSS की मेरे को नहीं है, इन्होंने को लाई कि मैं नहीं कह सकता ही जवाब। ओके, थैंक यू।